ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਖੜ੍ਹੇ ਹਾਂ ਇਸ ਵਕਤ ਪੁਰਾਣੇ ਖੂਹ ਦੇ ਕੰਢੇ ਦੇ ਉੱਪਰ। ਸਾਨੂੰ ਇਹ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦਾ ਇਹ ਮਕਸਦ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡਾ ਪੁਰਾਣਾ ਵਿਰਸਾ ਕੀ ਸੀ। ਜਦੋਂ ਮੋਟਰਾਂ ਨਹੀਂ ਸਨ ਤਾਂ ਅਸੀਂ ਖੂਹਾਂ ਦਾ ਪਾਣੀ ਪੀਂਦੇ ਵੀ ਸੀ, ਆਪਣੇ ਖੇਤਾਂ ਨੂੰ ਵੀ ਦਿੰਦੇ ਸੀ। ਪਰ ਇਹ ਖੂਹ ਇਸ ਵਕਤ ਬਿਲਕੁਲ ਵੀ ਇਸ ਦੇ ਵਿੱਚ ਪਾਣੀ ਮੌਜੂਦ ਨਹੀਂ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਸਾਡੀ ਆਵਾਜ਼ ਪਹੁੰਚ ਸਕੇ, ਹੋਰ ਲੋਕ ਵੀ ਆਪਣਾ ਇਤਿਹਾਸ ਦੇਖ ਸਕਣ। ਜੋ ਆਹ ਚੀਜ਼ ਤੁਸੀਂ ਦੇਖ ਸਕਦੇ, ਜੋ ਇਸ ਜਗ੍ਹਾ ਬੈਲ ਨੂੰ ਬੰਨਿਆ ਜਾਂਦਾ ਹੈ, ਉਹ ਇਸ ਜਗ੍ਹਾ ਘੁੰਮਦਾ ਹੈ। ਉਸ ਦੇ ਘੁੰਮਣ ਨਾਲ ਥੱਲੇ ਇੱਕ ਆਪਣੇ ਰੌੜ ਪਾਈ ਗਈ ਹੈ, ਇਹ ਤੁਹਾਨੂੰ ਦਿਖਾਉਂਦੇ ਹਾਂ, ਰੌੜ ਪਾਈ ਗਈ ਹੈ। ਇਸ ਦੇ ਜ਼ਰੀਏ ਇਹ ਪੂਰੀ ਚੈਨ ਘੁੰਮਦੀ ਹੈ, ਚੈਨ ਤੁਹਾਨੂੰ ਪੂਰੀ ਦਿਖਾਉਂਦੇ ਹਾਂ, ਇੱਕ ਮਿੰਟ ਦੇਖ ਸਕਦੇ ਹੋ, ਪੂਰੀ ਚੈਨ ਥੱਲੇ ਤੱਕ ਘੁੰਮਦੀ ਹੈ ਅਤੇ ਪਾਣੀ ਉੱਪਰ ਆਉਂਦਾ ਹੈ। ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ। ਉੱਪਰੋਂ ਦਿਖਾਉਂਦੇ ਹਾਂ ਤੁਹਾਨੂੰ ਚੈਨ, ਅਤੇ ਨੀਚੇ ਦੇਖੋ ਇਹ ਚੈਨ ਖੂਹ, ਜਿੱਥੋਂ ਤੱਕ ਖੂਹ ਦੀ ਲੰਬਾਈ ਹੈ, ਲੰਬਾ ਹੈ, ਘੱਟੋ ਘੱਟ ਵੀ ਇਸ ਦੀ ਲੰਬਾਈ 50 ਫੁੱਟ ਦੇ ਕਰੀਬ ਹੈ, 50 ਫੁੱਟ ਦੇ ਕਰੀਬ ਹੈ। ਇਸ ਵਿੱਚ ਪਾਣੀ ਭਰਿਆ ਜਾਂਦਾ ਹੈ, ਉਸ ਤੋਂ ਬਾਅਦ ਇਹ ਚੱਲਦਾ ਹੈ ਅਤੇ ਪਾਣੀ ਬਾਹਰ ਕੱਢਦਾ ਹੈ। ਪਾਣੀ ਤਾਂ ਭਰਿਆ ਜਾਂਦਾ ਹੈ, ਇੱਥੇ ਹਰ ਵਿਸਾਖੀ ਦੇ ਉੱਪਰ ਕੰਪੀਟੀਸ਼ਨ ਹੁੰਦਾ ਹੈ, ਅਲੱਗ ਅਲੱਗ ਜਗ੍ਹਾ ਤੋਂ ਲੋਕ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਆਉਂਦੇ ਹਨ। ਜੋ ਕੰਪੀਟੀਸ਼ਨ ਦੇ ਵਿੱਚ ਜੇਤੂ ਰਹਿੰਦਾ ਹੈ ਉਸ ਨੂੰ ਇਨਾਮ ਦਿੱਤਾ ਜਾਂਦਾ ਹੈ, ਜਿੱਦਾਂ ਕਿ ਘਿਓ ਦਾ ਪੀਪਾ, ਬਦਾਮ, ਇੱਕ ਗੁਰਜ, ਹੋਰ ਵੀ ਕਾਫੀ ਚੀਜ਼ਾਂ ਇਨਾਮ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ। ਸਾਡਾ ਇਹ ਵੀਡੀਓ ਤੁਹਾਨੂੰ ਵਿਖਾਉਣ ਦਾ ਮਕਸਦ ਇਹੋ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਵੀਡੀਓ ਪਹੁੰਚੇ, ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਅਲੋਪ ਹੋ ਚੁੱਕੀਆਂ ਹਨ, ਕਿਸੇ ਕਿਸੇ ਪਿੰਡ ਦੇ ਵਿੱਚ ਇਹ ਚੀਜ਼ਾਂ ਹਾਲੇ ਮੌਜੂਦ ਹਨ। ਇਹ ਖੂਹ ਚੋਲਾ ਸਾਹਿਬ ਦੇ ਵਿੱਚ ਮੌਜੂਦ ਹੈ, ਇਸ ਦੀ ਹਰ ਸਾਲ ਰਿਪੇਅਰ ਹੁੰਦੀ ਹੈ, ਤਾਂ ਹੀ ਇਹ ਖੂਹ ਬਚਿਆ ਹੋਇਆ ਹੈ। ਅਗਰ ਹੋਰ ਕਿਤੇ ਤੁਸੀਂ ਦੇਖੇ ਹੋਣਗੇ ਖੂਹ, ਉਹਨਾਂ ਦੀ ਕੋਈ ਰਿਪੇਅਰ ਨਹੀਂ ਕਰਦਾ, ਅਤੇ ਉਹ ਖੂਹ ਹੌਲੀ ਹੌਲੀ ਖਤਮ ਹੋ ਚੁੱਕੇ ਹਨ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ, ਜਾਂ ਤੁਹਾਨੂੰ ਸਾਡੀ ਵੀਡੀਓ ਦਿਖਾਈ ਦੇ ਰਹੀ ਹੈ ਜਾਂ ਨਹੀਂ ਦਿਖਾਈ ਦੇ ਰਹੀ। ਇਸ ਖੂਹ ਦੇ ਨਾਲ ਇੱਕ ਬੋਹੜ ਹੈ, ਜਿਸ ਦੀ ਜਗ੍ਹਾ ਦੇ ਥੱਲੇ ਛਾਂ ਦੇ ਵਿੱਚ ਲੋਕ ਬੈਠਦੇ ਨੇ, ਹੁਣ ਵੀ ਬੈਠਦੇ ਨੇ, ਪਰ ਪੁਰਾਣੇ ਸਮੇਂ ਦੇ ਵਿੱਚ ਲੋਕ ਉਸ ਜਗ੍ਹਾ ਆਪਣਾ ਆਰਾਮ ਕਰਦੇ ਸੀ। ਜੋ ਇਹ ਸਾਹਮਣੇ ਬੋਹੜ ਦਿਖਾਈ ਦੇ ਰਿਹਾ ਹੈ, ਇੱਧਰ ਖੂਹ ਹੈ, ਖੂਹ ਵੀ ਸੰਭਾਲ ਕੇ ਰੱਖਿਆ ਗਿਆ ਹੈ। ਜੇ ਤੁਸੀਂ ਚਾਹੁੰਦੇ ਹੋ ਅਸੀਂ ਇੱਦਾਂ ਦੀਆਂ ਵਿਰਸੇ ਨਾਲ ਜੁੜੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਦੱਸ ਸਕਦੇ ਹੋ। ਪੰਜਾਬ ਟੂ ਪ੍ਰਦੇਸ਼ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਪੁਰਾਣੀਆਂ ਚੀਜ਼ਾਂ ਲੱਭ ਕੇ ਲੋਕਾਂ ਨੂੰ ਦਿਖਾਈਆਂ ਜਾਣ।